ਦੋਵਾਂ ਪਾਰਟੀਆਂ ਨੇ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਦਲ ਨੂੰ ਕਿ ਅਸੀਂ ਚਿੱਟਾ ਵੇਚਦੇ ਨੇ ਸੱਚ ਸੱਚ ਪੰਜਾਬ ਦੇ ਦੋ ਲੋਕੀ ਤੁਸੀਂ ਸਾਰੇ ਮੀਡੀਆ ਵਾਲੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ 'ਚ ਦਿਸਦਾ ਸੀਗਾ ਕਿਉਂਕਿ ਆਹ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ MLA ਕਹਿ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾਂ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾਂ ਇਸ ਤਰ੍ਹਾਂ ਸ਼ਰਿਆਮ ਨਸ਼ੇ ਨਹੀਂ ਵਿਕ ਸਕਦੇ ਇਹ ਦੋਵਾਂ ਪਾਰਟੀਆਂ ਨੇ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਦਲ ਨੂੰ ਕਿ ਅਸੀਂ ਚਿੱਟਾ ਵੇਚਦੇ ਨੇ ਸੱਚ ਸੱਚ ਪੰਜਾਬ ਦੇ ਦੋ ਲੋਕੀ ਤੁਸੀਂ ਸਾਰੇ ਮੀਡੀਆ ਵਾਲੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ 'ਚ ਦਿਸਦਾ ਸੀਗਾ ਕਿਉਂਕਿ ਆਹ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਤੇ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ MLA ਕਹਿ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾਂ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾਂ ਇਸ ਤਰ੍ਹਾਂ ਸ਼ਰਿਆਮ ਨਸ਼ੇ ਨਹੀਂ ਵਿਕ ਸਕਦੇ ਇਹ ਦੋਵਾਂ ਪਾਰਟੀਆਂ ਨੇ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਦਲ ਨੂੰ ਕਿ ਅਸੀਂ ਚਿੱਟਾ ਵੇਚਦੇ ਨੇ ਸੱਚ ਸੱਚ ਪੰਜਾਬ ਦੇ ਦੋ ਲੋਕੀ ਤੁਸੀਂ ਸਾਰੇ ਮੀਡੀਆ ਵਾਲੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ 'ਚ ਦਿਸਦਾ ਸੀਗਾ ਕਿਉਂਕਿ ਆਹ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਤੇ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ MLA ਕਹਿ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾਂ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾਂ ਇਸ ਤਰ੍ਹਾਂ ਸ਼ਰਿਆਮ ਨਸ਼ੇ ਨਹੀਂ ਵਿਕ ਸਕਦੇ ਇਹ ਦੋਵਾਂ ਪਾਰਟੀਆਂ ਨੇ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਦਲ ਨੂੰ ਕਿ ਅਸੀਂ ਚਿੱਟਾ ਵੇਚਦੇ ਨੇ ਸੱਚ ਸੱਚ ਪੰਜਾਬ ਦੇ ਦੋ ਲੋਕੀ ਤੁਸੀਂ ਸਾਰੇ ਮੀਡੀਆ ਵਾਲੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ 'ਚ ਦਿਸਦਾ ਸੀਗਾ ਕਿਉਂਕਿ ਆਹ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਤੇ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ MLA ਕਹਿ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾਂ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾਂ ਇਸ ਤਰ੍ਹਾਂ ਸ਼ਰਿਆਮ ਨਸ਼ੇ ਨਹੀਂ ਵਿਕ ਸਕਦੇ ਇਹ ਦੋਵਾਂ ਪਾਰਟੀਆਂ ਨੇ ਅੱਜ ਪੰਜਾਬ ਦੀ ਜਨਤਾ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ ਇਹਨਾਂ ਦੋਵਾਂ ਨੇ ਇਕੱਠੇ ਹੋ ਕੇ ਭੰਡਿਆ ਅਕਾਲੀ ਦਲ ਨੂੰ ਕਿ ਅਸੀਂ ਚਿੱਟਾ ਵੇਚਦੇ ਨੇ ਸੱਚ ਸੱਚ ਪੰਜਾਬ ਦੇ ਦੋ ਲੋਕੀ ਤੁਸੀਂ ਸਾਰੇ ਮੀਡੀਆ ਵਾਲੇ 10 ਸਾਲ ਪਹਿਲੇ ਸਾਡੀ ਸਰਕਾਰ ਸੀ ਕਿ ਚਿੱਟਾ ਨਾਮ ਦਾ ਚੀਜ਼ ਕਿਸੇ ਪੰਜਾਬ ਦੇ ਕਿਸੇ ਪਿੰਡ ਜਾਂ ਕਿਸੇ ਸ਼ਹਿਰ 'ਚ ਦਿਸਦਾ ਸੀਗਾ ਕਿਉਂਕਿ ਆਹ ਸਰਕਾਰ ਸਾਡੀ ਇਸ ਡਰੱਗਸ ਨੂੰ ਫੜਨ ਵਾਸਤੇ ਦਿਨ ਰਾਤ ਮਿਹਨਤ ਕਰਦੀ ਸੀ ਤਾਂ ਕਿ ਗਲੀਆਂ ਤਾਈਂ ਨਾ ਪਹੁੰਚੇ ਤੇ ਇਹਨਾਂ ਸਰਕਾਰਾਂ ਨੇ ਅੱਜ ਰਲ ਮਿਲ ਕੇ ਉਹਨਾਂ ਮਗਰਮੱਛਾਂ ਨੂੰ ਜਿਨ੍ਹਾਂ ਨੂੰ ਫੜਨਾ ਸੀ ਉਹਨਾਂ ਦੇ ਨਾਲ ਰਲ ਕੇ ਕਿਵੇਂ ਨਸ਼ੇ ਵੇਚ ਰਹੇ ਨੇ ਇਹ ਮੈਂ ਨਹੀਂ ਇਹ ਕੁੰਵਰ ਵਿਜੇ ਪ੍ਰਤਾਪ ਝਾੜੂ ਦਾ ਇਹਨਾਂ ਦਾ ਖੁਦ ਦਾ MLA ਕਹਿ ਰਿਹਾ ਹੈਗਾ ਅਦਾਲਤਾਂ ਕਹਿ ਰਹੀਆਂ ਨੇ ਤੇ ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰੀ ਸਹਿਯੋਗ ਦੇ ਬਿਨਾਂ ਪ੍ਰਸ਼ਾਸਨ ਤੇ ਸਰਕਾਰ ਦੇ ਸਹਿਯੋਗ ਦੇ ਬਿਨਾਂ ਇਸ ਤਰ੍ਹਾਂ ਸ਼ਰਿਆਮ ਨਸ਼ੇ ਨਹੀਂ ਵਿਕ ਸਕਦੇ।